ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਨਵੀਂ ਵੀਡੀਓ 'ਚ। ਅਤੇ ਅੱਜ ਤੋਂ ਆਪਣੀ ਸਟਾਰਟ ਹੋ ਰਹੀ ਹੈ ਨਵੀਂ ਰਾਈਡ, ਯਾਨੀ ਕਿ ਸਪੀਤੀ ਵੈਲੀ ਅਤੇ ਮੋਰਨਿੰਗ ਲੋ ਜੀ। ਅਤੇ ਟੈਂਕੀ ਫੁੱਲ ਕਰਵਾ ਲਈ ਆਪਾਂ, ਅਤੇ 8.5 ਲੀਟਰ ਆਇਆ 260 ਰੁਪਏ ਦਾ। ਆਪਾਂ ਜੀਰਕਪੁਰ ਵਾਲੇ ਰੋਡ 'ਤੇ ਪਹੁੰਚ ਗਏ ਹਾਂ ਅਤੇ ਹਜੇ ਜੀਰਕਪੁਰ ਕਾਫੀ ਅੱਗੇ ਆ ਅਤੇ ਰਾਹ 'ਚ ਬ੍ਰੇਕ ਮਾਰੀ ਆਪਾਂ ਅਤੇ ਅਸੀਂ ਸਮਥਿੰਗ ਮੇਰੇ ਖਿਆਲ 'ਚ 60-65 ਕਿਲੋਮੀਟਰ ਸ਼ਿਮਲਾ ਰਹਿ ਗਿਆ ਇੱਥੋਂ, ਅਤੇ ਚਾਹ ਵਗੈਰਾ ਨਾਲੇ ਆਪਾਂ ਰੋਟੀ ਖਾਣੀ ਜਿਹੜੀ ਘਰੋਂ ਲੈ ਕੇ ਆਏ ਹਾਂ ਅਤੇ ਫਿਰ ਨਿਕਲਾਂਗੇ ਅੱਗੇ। ਮੈਨੂੰ ਲੱਗਦਾ ਆਪਾਂ ਕਾਫੀ ਜਲਦੀ ਪਹੁੰਚ ਜਾਵਾਂਗੇ। ਅਤੇ ਉਹ ਸਾਡਾ ਸਾਹਮਣੇ ਬਾਈਕ ਆਪਣਾ ਅਤੇ ਛੋਟੀ ਜਿਹੀ ਇੱਥੇ ਪਿੱਛੇ ਦੁਕਾਨ ਆ। ਲਓ ਜੀ, ਆਪਾਂ ਸ਼ਿਮਲੇ ਤੋਂ 60 ਕਿਲੋਮੀਟਰ ਦੂਰ ਹਾਂ ਅਤੇ ਚਹਿਲ ਇੱਥੋਂ ਰਹਿ ਗਿਆ 50 ਕਿਲੋਮੀਟਰ, ਅਤੇ ਆਪਾਂ ਚੱਲਾਂਗੇ ਹੌਲੀ ਹੌਲੀ ਆਰਾਮ ਨਾਲ। ਲਓ ਜੀ, ਆਉਂਦੇ ਆਉਂਦੇ ਇੱਕ ਹੋਰ ਪ੍ਰੋਬਲਮ ਹੋ ਗਈ ਆਪਾਂ ਨੇ ਨਾਲ, ਅਤੇ ਦੇਖੋ ਅੱਗੇ ਪਿੱਛੇ ਕੋਈ ਵੀ ਨਹੀਂ ਹੈਗਾ ਇੱਥੇ। ਆਹ ਦੇਖੋ ਬਿਲਕੁਲ ਖਾਲੀ ਆ, ਅਤੇ ਬਾਇਕ ਚੱਲਦੇ ਚੱਲਦੇ ਇੱਕਦਮ ਇੱਕ ਸਾਈਡ ਨੂੰ ਹੋ ਗਿਆ। ਤੁਹਾਨੂੰ ਦੱਸਦੇ ਕੀ ਪ੍ਰੋਬਲਮ ਹੋਈ ਆਪਣੇ ਨਾਲ। ਆਹ ਦੇਖੋ ਸਮਾਨ ਸਾਰਾ ਇੱਕ ਸਾਈਡ ਹੋ ਗਿਆ ਸਾਰਾ ਬਾਈਕ ਤੋਂ, ਅਤੇ ਇੱਕ ਨੁਕਸਾਨ ਹੋ ਗਿਆ ਆਪਣਾ। ਇਹ ਆਕਸੀਜਨ ਦਾ ਆਪਣਾ ਸਿਲੰਡਰ ਸੀਗਾ, ਉੱਥੇ ਡਿੱਗਿਆ, ਗੱਡੀ ਵਾਲਿਆਂ ਨੇ ਥੱਲੇ ਦੇ ਦਿੱਤਾ, ਦੇਖਿਆ ਤੱਕ ਨਹੀਂ। ਬੜੀ ਮੁਸ਼ਕਿਲ ਨਾਲ ਹੋਈ ਹੈ ਪੈਕਿੰਗ ਇੱਥੇ। ਆਹ ਦੇਖੋ ਜਾਮ ਬਹੁਤ ਲੱਗਾ, ਪਿੱਛੇ ਵੀ ਬੜਾ ਜਾਮ ਸੀਗਾ, ਉਦੋਂ ਮੈਂ ਕੈਮਰਾ ਔਨ ਨਹੀਂ ਕੀਤਾ ਸੀਗਾ ਅਤੇ ਕੁਫਰੀ ਤੋਂ ਅੱਗੇ ਆ, ਇੰਨਾ ਜਾਮ ਬਹੁਤ ਜ਼ਿਆਦਾ। ਚੈੱਕ ਕਰੋ ਨਾਰਗੰਡਾ ਦੀ ਮਾਰਕੀਟ ਆ ਸਾਰੀ ਹੈ, ਅਤੇ ਤੁਹਾਨੂੰ ਇੰਸਟਾ ਦਾ ਵੀ ਵਿਊ ਦੇਵਾਂਗਾ। ਮੰਦਰ ਦੇ ਆਪਾਂ ਅੰਦਰ ਦਰਸ਼ਨ ਕਰ ਰਹੇ ਹਾਂ ਅਤੇ ਵੀਡੀਓ ਅਲਾਊਡ ਨਹੀਂ ਸੀਗੀ, ਅਤੇ ਆਪਾਂ ਹੁਣ ਚੱਲਦੇ ਹਾਂ ਅਤੇ ਰੋਟੀ ਖਾ ਲਈ ਆਪਾਂ, ਅਤੇ ਅੱਗੇ ਜਾਣਾ ਵਾ ਅਤੇ ਟੈਂਟ ਲਾਉਂਦੇ ਆਪਾਂ ਆਟੋ। ਨਾਰਗੰਡਾ ਦੀ ਮਾਰਕੀਟ ਵੈਸੇ ਹੈ ਨਹੀਂ, ਇੱਕ ਦੋ ਚੀਜ਼ਾਂ ਹੀ ਆ ਇੱਥੇ ਘੁੰਮਣ ਵਾਲੀਆਂ। ਆਪਾਂ ਪਹੁੰਚ ਗਏ ਹਾਟੂ ਪੀਕ, ਅਤੇ ਅੱਜ ਲਾਵਾਂਗੇ ਟੈਂਟ ਆਪਾਂ ਇੱਥੇ ਆਹ ਜਗ੍ਹਾ 'ਤੇ, ਅਤੇ ਉਹ ਸਾਹਮਣੇ ਪਿੱਛੇ ਗੁੱਜੇ ਰਹਿੰਦੇ ਆ, ਅਤੇ ਜੋ ਪਾਣੀ ਪੂਣੀ ਆਪਾਂ ਇਹਨਾਂ ਕੋਲ ਲੈ ਲਾਂਗੇ, ਅਤੇ ਰਾਤ ਨੂੰ ਆਪਣਾ ਟੈਂਟ ਇੱਥੇ ਹੋਊਗਾ। ਅਤੇ ਆਹ ਦੇਖੋ ਸਾਰਾ ਜੰਗਲ ਹੀ ਆ, ਆਹ ਦੇਖੋ ਉੱਪਰ ਵੀ ਜੰਗਲ ਆ, ਲੋਕੇਸ਼ਨ ਬਹੁਤ ਸੋਹਣੀ ਆ। ਅਤੇ ਇੱਕ ਵਾਰੀ ਆਪਾਂ ਉੱਪਰ ਚੱਲੀਏ, ਅਤੇ ਹਜੇ ਮੰਦਰ ਇੱਥੋਂ 3 ਆਪਣਾ
ਲਓ ਜੀ ਆ ਦੇਖੋ ਇੱਦਾਂ ਦਾ ਮਾਹੌਲ ਆ ਅਤੇ ਆਪਾਂ ਸੈਟਅਪ ਕਰ ਲਿਆ ਸਾਰਾ ਆਪਣਾ ਅਤੇ ਆਹ ਮੋਟਰਸਾਈਕਲ ਆ ਠੀਕ ਆ ਜੀ ਅਤੇ ਸਮਾਨ ਸਮੂਨ ਖੋਲ੍ਹ ਲਿਆ ਅਤੇ ਆ ਚੇਅਰ ਅਤੇ ਆ ਮੇਜ਼ ਅਤੇ ਫਿਰ ਆਪਾਂ ਇੱਥੋਂ ਕੁਛ ਬਣਾ ਕੇ ਖਾਵਾਂਗੇ ਹੁਣ ਅਤੇ ਹਨੇਰਾ ਹੁੰਦਾ ਪਿਆ ਅਤੇ ਆਹ ਦੇਖੋ ਆਪਣੇ ਸ਼ੇਰ ਦੋ ਬੱਗੇ ਬਿੱਲੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਅਤੇ ਉਹ ਉੱਪਰ ਆਪਣਾ ਟੈਂਟ ਲੱਗਾ ਹੋਇਆ ਇੱਕ ਵਾਰੀ ਨਜ਼ਰ ਮਾਰ ਲਓ ਸਾਰੇ ਪਾਸੇ ਕਿੱਦਾਂ ਦਾ ਲੱਗਿਆ ਵਧੀਆ ਨਾ ਲੋਕੇਸ਼ਨ ਅਤੇ ਆਪਾਂ ਸਮਾਨ ਟੈਂਟ 'ਚ ਰੱਖ ਲਈਏ ਅਤੇ ਫਿਰ ਕੁਛ ਬਣਾ ਕੇ ਖਾਈਏ ਫਿਰ ਅਤੇ ਮਿਲਦੇ ਹਾਂ ਫਿਰ ਆਪਾਂ ਸਵੇਰੇ ਅਗਲੇ ਵਲੋਗ 'ਚ ਅਤੇ ਇਜਾਜ਼ਤ ਦਿਓ ਅਤੇ ਦੇਖੋ ਜੀ ਕਿੱਦਾਂ ਦਾ ਲੱਗਾ ਤੁਹਾਨੂੰ ਵਲੋਗ ਦੇਖੋ ਜੀ ਕਿੱਦਾਂ ਲੱਗੀ ਲੋਕੇਸ਼ਨ ਤੁਹਾਨੂੰ ਇਹ ਲੋਕੇਸ਼ਨ ਨਾਰਕੰਡੇ ਤੋਂ 6 ਕਿਲੋਮੀਟਰ ਆ ਅਤੇ ਹਾਟੂ ਪੀਕ ਮੰਦਰ ਆ ਅਤੇ ਹਾਟੂ ਪੀਕ ਮੰਦਰ ਤੋਂ 4-5 ਕਿਲੋਮੀਟਰ ਪਹਿਲਾਂ ਅਤੇ ਤੁਹਾਨੂੰ ਉਹ ਸਾਹਮਣੇ ਨਾ ਜਗ੍ਹਾ ਦਿਖ ਜਾਣੀ ਆ ਇਹ ਗੁੱਜਰ ਨੇ ਅਤੇ ਇਹ ਇੱਥੇ ਮੱਝਾਂ ਮੁੱਝਾਂ ਆਪਣੀਆਂ ਰੱਖਦੇ ਨੇ ਇਹ ਅਤੇ ਚਾਹ ਪਾਣੀ ਵੀ ਰੱਖਦੇ ਆ ਮੈਗੀ ਮੂਗੀ ਰੋਟੀ ਰੋਟੀ ਜੇ ਖਾਣੀ ਹੋਵੇ ਜੇ ਤੁਸੀਂ ਨਾਲ ਨਹੀਂ ਲੈ ਕੇ ਆਏ ਤਾਂ ਤੁਸੀਂ ਆਪਣਾ ਟੈਂਟ ਇੱਥੇ ਲਾ ਸਕਦੇ ਹੋ ਲੋਕੇਸ਼ਨ ਤੁਹਾਨੂੰ ਕਿੱਦਾਂ ਲੱਗੀ ਅਤੇ ਅੱਜ ਦਾ ਵਲੋਗ ਸਮਾਪਤ ਕਰਦੇ ਹਾਂ ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਅਤੇ ਇੱਦਾਂ ਹੀ ਬਣੇ ਰਹੇ ਹੋ ਵੀਡੀਓ 'ਚ ਅਤੇ ਅੱਗਿਓਂ ਤੁਹਾਨੂੰ ਹੋਰ ਨਵੀਂ ਨਵੀਂ ਚੀਜ਼ਾਂ ਆਪਾਂ ਦਿਖਾਵਾਂਗੇ ਅਤੇ ਹਜੇ